ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਚੌਥਾ। ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਸ ਵੇਲੇ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿੱਚ ਰਹਿੰਦੇ ਸਨ, ਉਸ ਸਮੇਂ ਇੱਕ ਵਾਰ ਭਾਈ ਜੇਠਾ ਜੀ ਦੇ ਮਾਤਾ ਦਇਆ ਕੌਰ ਜੀ ਭਾਈ ਜੇਠਾ ਜੀ ਨੂੰ ਲਾਹੌਰ ਲੈ ਗਏ। ਉੱਥੇ ਜਾ ਕੇ ਭਾਈ ਜੇਠਾ ਜੀ ਸਤਿਗੁਰਾਂ ਦੇ ਵਿਛੋੜੇ ਕਰਕੇ ਬਹੁਤ ਉਦਾਸ ਰਹਿਣ ਲੱਗ ਪਏ ਅਤੇ ਘਰ ਵਿੱਚ ਨਿਵੇਕਲੇ ਜਿਹੇ ਰਿਹਾ ਕਰਨ। ਇਹਨਾਂ ਦੇ ਮਾਤਾ ਜੀ ਨੇ ਇੱਕ ਸੰਨਿਆਸੀ ਅਤੇ ਇੱਕ ਜੋਗੀ ਹਕੀਮ ਨੂੰ ਮਿਲਾ ਕੇ ਭਾਈ ਜੇਠਾ ਜੀ ਦੀ ਨਬਜ਼ ਦਿਖਾਈ। ਤਦ ਹਕੀਮ ਨੇ ਕਿਹਾ ਕਿ ਇਹਨਾਂ ਨੂੰ ਤਾਂ ਕੋਈ ਵੀ ਰੋਗ ਨਹੀਂ ਹੈ। ਇਉਂ ਉਸ ਵੇਲੇ ਜੋ ਭਾਈ ਜੇਠਾ ਜੀ ਦੀ ਵਿਛੋੜੇ ਵਾਲੀ ਅਵਸਥਾ ਸੀ, ਉਸ ਅਵਸਥਾ ਨੂੰ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋ ਕਰਕੇ ਇਸ ਪਾਵਨ ਸ਼ਬਦ ਦੁਆਰਾ ਜਸ ਰੂਪੀ ਬਾਣੀ ਵਿੱਚ ਉਚਾਰਨ ਕੀਤਾ ਅਤੇ ਸਿੱਖਾਂ ਤਾਈਂ ਪਰਮ ਪਵਿੱਤਰ ਉਪਦੇਸ਼ ਬਖਸ਼ਿਆ। ਸੋ ਮੰਗਲ ਕਰਦੇ ਹਨ ਸਤਿਗੁਰੂ ਇੱਕ ਜੋ ਅਦੁੱਤੀ ਬ੍ਰਹਮ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਰਾਮ ਤੋਂ ਭਾਵ ਹੇ ਭਾਈ ਮੇਰੇ ਮਨ, ਭਾਵ ਸਾਡੇ ਹਿਰਦੇ ਵਿੱਚ, ਮੇਰੇ ਮਨ ਵਿੱਚ, ਚਿੱਤ ਵਿੱਚ ਸਤਿਗੁਰਾਂ ਨੇ ਆਪਣੇ ਨਾਮ ਨਾਲ, ਪਰਮੇਸ਼ਰ ਨਾਲ ਪ੍ਰੀਤ ਲਾ ਦਿੱਤੀ ਹੈ। ਮੇਰੇ ਭਾਵ ਮੇਰੂ ਸੁਮੇਰ ਪਰਬਤ ਦੀ ਨਿਆਈ ਅਚੱਲ ਭਾਰੀ ਅਤੇ ਮਨ ਸ਼੍ਰੋਮਣੀ, ਸਤਿਗੁਰਾਂ ਨੇ ਮੇਰੇ ਮਨ ਵਿੱਚ ਵਾਹਿਗੁਰੂ ਦੀ ਪ੍ਰੀਤੀ ਲਾ ਦਿੱਤੀ ਹੈ। ਹਰ 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 ਨਾਮ ਮੇਰੇ ਮਨ ਵਸਾਈ ਰਾਮ। ਹੇ ਭਾਈ, ਆਪਣੇ ਭਗਤ ਦੇ ਦੁੱਖਾਂ ਨੂੰ ਹਰ ਨਾਸ਼ ਕਰਨ ਵਾਲੇ ਅਤੇ ਹਰ ਹਰੇਕ ਨੂੰ ਆਪਣੀ ਚੇਤਨ ਸੱਤਾ ਦੇ ਕਰਕੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਸਤਿਗੁਰਾਂ ਨੇ ਮੇਰੇ ਮਨ ਕਹੀਏ ਹਿਰਦੇ ਵਿੱਚ ਵਸਾਉਣਾ ਕੀਤਾ ਹੈ। ਹਰ ਹਰ ਨਾਮ ਮੇਰੇ ਮਨ ਵਸਾਈ ਸਭ ਦੁੱਖ ਵਿਸਾਰਣ ਹਾਰਾ। ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਮੇਰੇ ਮਨ ਵਿੱਚ ਵਸਾਈ ਕਹੀਏ ਵਸਾ ਦਿੱਤਾ, ਜੋ ਸਾਰੇ ਦੁੱਖਾਂ ਨੂੰ ਵਿਸਾਰਣ ਹਾਰਾ ਭਾਵ ਵਿਸਰਜਨ ਭਾਵ ਦੂਰ ਕਰ ਦੇਣ ਵਾਲਾ ਹੈ। ਵਡਭਾਗੀ ਗੁਰ ਦਰਸ਼ਨ ਪਾਇਆ, ਧੰਨ ਧੰਨ ਸਤਿਗੁਰੂ ਹਮਾਰਾ। ਵੱਡੇ ਭਾਗਾਂ ਕਰਕੇ ਹੀ ਪਹਿਲਾਂ ਲਾਹੌਰ ਵਿੱਚ ਆ ਕੇ ਸਤਿਗੁਰਾਂ ਦਾ ਦਰਸ਼ਨ ਦੀਦਾਰ ਪਾਉਣਾ ਕੀਤਾ ਸੀ। ਹਮਾਰਾ ਕਹੀਏ ਸਾਡਾ ਸਤਿਗੁਰੂ ਤਾਂ ਹਮੇਸ਼ਾ ਹੀ ਧੰਨਤਾ ਦੇ ਯੋਗ ਹੈ। ਉਠਤ ਬੈਠਤ ਸਤਿਗੁਰ ਸੇਵਹਿ, ਜਿਤ ਸੇਵਿਐ ਸਾਂਤ ਪਾਈ। ਅਸੀਂ ਉਠਤ ਉੱਠਦਿਆਂ ਬੈਠਤ ਬੈਠਦਿਆਂ ਸਤਿਗੁਰਾਂ ਦਾ ਸੇਵਨ ਕਰਦੇ ਹਾਂ। ਸੰਸਾਰ ਵੱਲੋਂ ਉੱਠਦਿਆਂ ਭਾਵ ਉਪਰਾਮ ਹੁੰਦਿਆਂ ਅਤੇ ਸਮਾਧੀ ਵਿੱਚ ਬੈਠਦਿਆਂ ਇਸਤਤ ਹੁੰਦਿਆਂ ਸਤਿਗੁਰਾਂ ਦਾ ਸੇਵਨ ਕਰਦੇ ਹਾਂ। ਜਿਸ ਗੁਰਾਂ ਦੇ ਸੇਵਨ ਨਾਲ ਅਸੀਂ ਆਪਣੇ ਮਨ ਵਿੱਚ ਆਤਮਿਕ ਸ਼ਾਂਤੀ ਪ੍ਰਾਪਤ ਕੀਤੀ ਹੈ।
ਮੇਰੇ ਮਨ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ। ਮੇਰੇ ਮਨ ਵਿੱਚ ਸਮੇਰ ਪਰਬਤ ਦੀ ਨਿਆਈ ਸ਼੍ਰੋਮਣੀ ਸਤਿਗੁਰਾਂ ਨੇ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਲਗਨ ਲਾ ਦਿੱਤੀ ਹੈ। ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ। ਰਾਮ ਤੋਂ ਭਾਵ ਹੈ ਭਾਈ ਸਰਸੇ ਆਨੰਦ ਸਰੂਪ ਸਤਿਗੁਰਾਂ ਦੇ ਦਰਸ਼ਨ ਵੇਖ ਕਰਕੇ ਹਉ ਮੈਂ ਜੀਵਾਂ ਜਿਉਂਦਾ ਹਾਂ, ਹਉ ਮੈਂ ਜੀਵਾਂ ਭਾਵ ਮੈਂ ਜੀਂਦਾ ਹਾਂ। ਹਉਮੇ ਵਾਲੇ ਜੀਵ ਜੀਵਨ ਵਿੱਚੋਂ ਮੈਨੂੰ ਆਤਮ ਆਨੰਦ ਵਿੱਚ ਜਿਉਣ ਵਾਲੇ ਸਤਿਗੁਰਾਂ ਦੇ ਦਰਸ਼ਨ ਕਰਕੇ ਮੈਂ ਸਰਸੇ ਸਹਿਤ ਪ੍ਰੇਮ ਰਸ ਦੇ ਹੋ ਗਿਆ ਹਾਂ। ਹਰ ਨਾਮ ਦਿਰੜਾਏ ਜਪ ਹਰ ਹਰ ਨਾਮ ਵਿਗਸੇ ਰਾਮ। ਰਾਮ ਤੋਂ ਭਾਵ ਹੈ ਭਾਈ ਸਤਿਗੁਰੂ ਸਾਹਿਬ ਜੀ, ਹਰੀ ਦਾ ਨਾਮ ਹਰੇਕ ਨਾਮਾਂ ਵਿੱਚੋਂ ਹਰੀ ਦਾ ਨਾਮ ਹੀ ਦ੍ਰਿੜ ਕਰਾਉਂਦੇ ਹਨ। ਉਸ ਹਰ ਹਰ ਨਾਮ ਨੂੰ ਹਰ ਸਮੇਂ ਜਪ ਕਰਕੇ ਮੇਰਾ ਮਨ ਵਿਕਸੇ ਖਿੜਿਆ ਰਹਿੰਦਾ ਹੈ। ਜਪ ਹਰ ਹਰ ਨਾਮ ਕਮਲ ਪਰਗਾਸੇ, ਹਰ ਨਾਮ ਨਵੰਗ ਨਿਧ ਪਾਈ। ਹਰੀ ਦੇ ਹਰ ਹਰੇ ਭਰੇ ਕਰਨ ਵਾਲੇ ਨਾਮ ਨੂੰ ਜਪ ਕਰਕੇ ਮੇਰਾ ਹਿਰਦਾ ਕਮਲ ਕਰਣਾ ਮੁਦਤਾ ਮੈਤਰੀ ਅਪੇਖਿਆ ਰੂਪ ਪੰਖੜੀਆਂ ਦੇ ਸਹਿਤ ਪ੍ਰਗਾਸੇ ਖਿੜ ਗਿਆ ਹੈ। ਇਸ ਕਰਕੇ ਨਵੰਗ ਨਿਧ ਨੌ ਨਿਧੀਆਂ ਰੂਪ ਹਰੀ ਨਾਮ ਦੀ ਪ੍ਰਾਪਤੀ ਕੀਤੀ ਹੈ। ਨੌ ਨਿਧੀਆਂ ਜਾਂ ਨਵਦਾ ਭਗਤੀ ਦੇ ਦੇਣ ਵਾਲਾ ਹਰੀ ਨਾਮ ਪਾ ਲਿਆ ਹੈ। ਹਉਮੈ ਰੋਗ ਗਿਆ ਦੁੱਖ ਲਾਥਾ, ਹਰ ਸਹਿਜ ਸਮਾਧ ਲਗਾਈ। ਦੇਹ ਦੀ ਹੰਗਤਾ ਮਮਤਾ ਦਾ ਰੋਗ ਚੱਲਿਆ ਗਿਆ ਅਤੇ ਜੰਮਣ ਮਰਨ ਦਾ ਦੁੱਖ ਵੀ ਲੈ ਗਿਆ ਅਤੇ ਹਰੀ ਵਿੱਚ ਸੁੱਤੇ ਸਿੱਧ ਹੀ ਸਮਾਧੀ ਲਾਉਣਾ ਕੀਤੀ ਹੈ। ਹਰ ਨਾਮ ਵਡਾਈ ਸਤਿਗੁਰ ਤੇ ਪਾਈ, ਸੁਖ ਸਤਿਗੁਰ ਦੇਵ ਮਨ ਪਰਸੇ। ਹਰੀ ਨਾਮ ਦੀ ਇਹ ਵਡਿਆਈ ਸਤਿਗੁਰੂ ਸਾਹਿਬ ਜੀ ਤੋਂ ਪਾਉਣਾ ਕੀਤੀ ਹੈ ਅਤੇ ਦੇਵ ਪੂਜਨਿਕ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਪਰਸੇ ਕਹੀਏ ਪਰਸ ਕੇ ਭਾਵ ਦੇਖ ਕੇ ਮਨ ਨੂੰ ਸੁਖ ਆਨੰਦ ਪ੍ਰਾਪਤ ਹੋਇਆ ਹੈ। ਹਉ ਜੀਵਾ ਸਤਿਗੁਰ ਦੇਖ ਸਰਸੇ। ਸਤਿਗੁਰਾਂ ਨੂੰ ਵੇਖ ਕਰਕੇ ਮੈਂ ਜਿਉਂਦਾ ਹਾਂ, ਮੈਂ ਸਰਸੇ ਸਹਿਤ ਪ੍ਰੇਮ ਰਸ ਦੇ ਹੋ ਕੇ ਜਿਉਂਦਾ ਹਾਂ। ਮੈਂ ਗੁਰਮਤਿ ਦੁਆਰਾ ਅੰਤਰਮੁਖ ਬਿਰਤੀ ਦੁਆਰਾ ਹਉਮੈ ਨੂੰ ਤਿਆਗ ਕਰਕੇ ਜੀਵਨ ਮੁਕਤੀ ਨੂੰ ਪਾ ਕੇ ਜਿਉਂਦਾ ਹੋ ਗਿਆ ਅਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਨੰਦ ਦੇ ਸਹਿਤ ਹੋਇਆ। ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ ਰਾਮ। ਰਾਮ ਤੋਂ ਭਾਵ ਹੈ ਭਾਈ ਜੋ ਸਾਡਾ ਪੂਰਨ ਸਤਿਗੁਰੂ ਸੱਚਾ ਗੁਰੂ ਹੈ, ਉਸ ਨੂੰ ਹੁਣ ਵੀ ਕੋਈ ਆਣ ਕੇ ਲਿਆ ਕੇ ਮੈਨੂੰ ਮਿਲਾ ਦੇਵੇ। ਕੋਈ ਮੈਨੂੰ ਦੁਵੈਤ ਭਾਵ ਦੇਹ ਅਭਿਮਾਨ ਵੱਲੋਂ ਲਿਆ ਕੇ ਪੂਰਨ ਸਤਿਗੁਰਾਂ ਦੀ ਸ਼ਰਨ ਵਿੱਚ ਲਿਆ ਕੇ ਮੇਲ ਦੇਵੇ। ਹਉ ਮਨ ਤਨ ਦੇਵਾ ਤਿਸ ਕਾਟ ਸਰੀਰਾ ਰਾਮ। ਰਾਮ ਤੋਂ ਭਾਵ ਹੈ ਭਾਈ ਤਦੋਂ ਉਸ ਨੂੰ ਮੈਂ ਆਪਣਾ ਮਨ ਅਤੇ ਤਨ ਤਾਂ ਸੱਚਮੁੱਚ ਹੀ ਮੈਂ ਆਪਣਾ ਮਨ ਅਤੇ ਤਨ ਦੇ ਦੇਵਾਂ। ਜੇ ਉਹ ਚਾਹੇ ਤਾਂ ਮੈਂ ਆਪਣਾ ਸਰੀਰ ਵੀ ਕੱਟ ਕੇ ਭੇਂਟ ਕਰ ਦੇਵਾਂ। ਜੋ ਮਨ ਦੇ ਅੰਦਰ ਸੰਕਲਪ ਹੈ ਕਿ ਮੇਰਾ ਤਨ ਹੈ, ਇਉਂ ਇਸ ਮਨ ਨੂੰ ਦੇਹ ਦੇ ਸੰਕਲਪ ਵੱਲੋਂ ਕੱਟ ਕੇ ਅਤੇ ਤਨ ਨੂੰ ਮਨ ਦੀ ਮਨੌਤ ਵੱਲੋਂ ਕੱਟ ਕੇ ਅਤੇ ਸਰੀਰ ਭਾਵ ਕਾਰਨ ਦੇਹ ਦਾ ਵੀ ਅਭਿਮਾਨ ਕੱਟ ਕੇ ਉਸ ਨੂੰ ਭੇਂਟ ਕਰ ਦੇਵਾਂ। ਹਉ ਮਨ ਤਨ ਕਾਟ ਕਾਟ ਤਿਸ ਦੇਈ, ਜੋ ਸਤਿਗੁਰ ਬਚਨ ਸੁਣਾਏ।
ਮੈਂ ਆਪਣਾ ਮਨ ਵੀ ਕੱਟ ਕੇ ਤਨ ਸਰੀਰ ਵੀ ਕੱਟ ਕੇ ਉਸ ਨੂੰ ਦੇਣਾ ਕਰਾਂ ਜੋ ਮੈਨੂੰ ਸਤਿਗੁਰਾਂ ਦੇ ਬਚਨ ਸੁਣਾਉਣਾ ਕਰੇ। ਮੇਰੇ ਮਨ ਬੈ ਰਾਗ ਭਇਆ ਬੈ ਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ। ਵੈਰਾਗਵਾਨਾਂ ਪ੍ਰੇਮੀਆਂ ਵਾਂਗ ਮੇਰੇ ਮਨ ਵਿੱਚ ਸਤਿਗੁਰਾਂ ਨਾਲ ਮਿਲਣ ਦਾ ਵੈਰਾਗ ਪ੍ਰੇਮ ਪੈਦਾ ਹੋਇਆ ਹੈ। ਸਤਿਗੁਰਾਂ ਦੇ ਦਰਸ਼ਨਾਂ ਨਾਲ ਮਿਲ ਕਰਕੇ ਹੀ ਸੁੱਖ ਨੂੰ ਪ੍ਰਾਪਤ ਕਰਾਂਗਾ। ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹ ਸਤਿਗੁਰ ਚਰਨ ਹਮ ਭਤੂਰਾ। ਮੈਂ ਤਾਂ ਇਹੋ ਬੇਨਤੀ ਕਰਦਾ ਹਾਂ ਕਿ ਹੇ ਸੁੱਖਾਂ ਦੇ ਦੇਣ ਵਾਲੇ ਦਾਤੇ ਹਰੀ ਪਰਮੇਸ਼ਰ, ਮੇਰੇ 'ਤੇ ਆਪਣੀ ਕਿਰਪਾ ਮਿਹਰ ਕਰੋ ਅਤੇ ਮੇਰੇ ਤਾਈਂ ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੀ ਧੂੜੀ ਦੇਣਾ ਕਰੋ। ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ। ਕੋਈ ਆਣ ਲਿਆ ਕੇ ਮੇਰਾ ਪੂਰਾ ਸਤਿਗੁਰੂ ਮੈਨੂੰ ਮੇਲ ਦੇਵੇ। ਗੁਰਜੇਵੜ ਦਾਤਾ ਮੈਂ ਅਵਰ ਨਾ ਕੋਈ ਰਾਮ। ਹੇ ਭਾਈ, ਗੁਰਾਂ ਜਿੱਡਾ ਵੱਡਾ ਦਾਤਾ ਦਾਨੀ, ਜਿੱਡੇ ਵੱਡੇ ਗੁਰੂ ਜੀ ਹਨ, ਉਹਨਾਂ ਗੁਰਾਂ ਜਿੱਡਾ ਵੱਡਾ ਦਾਨੀ ਮੈਨੂੰ ਹੋਰ ਕੋਈ ਵੀ ਪ੍ਰਤੀਤ ਨਹੀਂ ਹੁੰਦਾ, ਕੋਈ ਵੀ ਨਹੀਂ ਹੈ। ਮੈਂ ਅਵਰ ਨਾ ਕੋਈ ਰਾਮ, ਕੋਈ ਨਹੀਂ ਦੇਖਿਆ। ਹਰ ਦਾਨੋ ਹਰ ਦਾਨ ਦੇਵੈ ਹਰ ਪੁਰਖ ਨਿਰੰਜਨ ਸੋਈ ਰਾਮ। ਰਾਮ ਤੋਂ ਭਾਵ ਹੈ ਭਾਈ ਗੁਰੂ ਜੀ ਮੈਨੂੰ ਹਰੀ ਦਾ ਨਾਮ ਰੂਪੀ ਦਾਨ ਦੇਣਾ ਕਰਦੇ ਆ। ਹਰੇਕ ਦਾਨਾਂ ਵਿੱਚੋਂ ਗੁਰੂ ਜੀ ਹਰੀ ਦਾ ਨਾਮ ਰੂਪੀ ਦਾਨ ਦੇਣਾ ਕਰਦੇ ਆ। ਸਤਿਗੁਰੂ ਜੀ ਤਾਂ ਸੋਈ ਉਹ ਪੁਰਖ ਨਿਰੰਜਨ ਸ਼ੁੱਧ ਸਰੂਪ ਪੁਰਖ ਪੂਰਨ ਪਰਮੇਸ਼ਰ ਦਾ ਹੀ ਰੂਪ ਹਨ। ਹਰ ਹਰ ਨਾਮ ਜਿਨੀ ਆਰਾਧਿਆ ਤਿਨਕਾ ਦੁੱਖ ਭਰਮ ਪਉ ਭਾਗਾ। ਹੇ ਭਾਈ, ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ ਆਰਾਧਨਾ ਕੀਤਾ ਹੈ, ਉਹਨਾਂ ਦਾ ਜੰਮਣ ਮਰਨ ਦਾ ਦੁੱਖ, ਪੰਜ ਪ੍ਰਕਾਰ ਦਾ ਭਰਮ ਅਤੇ ਸੱਤ ਪ੍ਰਕਾਰ ਦਾ ਡਰ ਸਾਰਾ ਹੀ ਭੱਜ ਗਿਆ ਹੈ। ਸੇਵਕ ਪਾਏ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨ ਲਾਗਾ। ਜਿਨ੍ਹਾਂ ਦਾ ਗੁਰਾਂ ਦੇ ਚਰਨਾਂ ਵਿੱਚ ਮਨ ਹਿਰਦਾ ਲੱਗ ਗਿਆ ਹੈ, ਉਹ ਵੱਡੇ ਭਾਗਾਂ ਵਾਲੇ ਸੇਵਕ ਦਾਸਾਂ ਵਾਲੀ ਭਾਵਨਾ ਧਾਰ ਕੇ, ਪ੍ਰੇਮ ਧਾਰ ਕੇ ਗੁਰਾਂ ਨਾਲ ਮਿਲੇ ਆ। ਕਹੁ ਨਾਨਕ ਹਰ ਆਪ ਮਿਲਾਏ ਮਿਲ ਸਤਿਗੁਰ ਪੁਰਖ ਸੁਖ ਹੋਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਆਪ ਹੀ ਗੁਰਾਂ ਨਾਲ ਮਿਲਾਉਂਦਾ ਹੈ ਅਤੇ ਪੁਰਖ ਪੂਰਨ ਸਤਿਗੁਰਾਂ ਨਾਲ ਮਿਲ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰਜੇਵੜ ਦਾਤਾ ਮੈਂ ਅਵਰ ਨਾ ਕੋਈ। ਗੁਰੂ ਜਿੱਡਾ ਵੱਡਾ, ਹਾਂ ਸੱਚਮੁੱਚ ਹੀ ਗੁਰੂ ਜਿੱਡਾ ਵੱਡਾ ਦਾਨੀ ਮੈਨੂੰ ਹੋਰ ਕੋਈ ਵੀ ਨਹੀਂ ਦਿਸਦਾ। ਗੁਰ ਜੈਸਾ ਨਾਹੀਂ ਕੋ ਦੇਵ, ਗੁਰੂ ਜਿੱਡਾ ਵੱਡਾ ਦਾਤਾ ਕੋਈ ਨਹੀਂ ਹੈ। ਵਡਹੰਸ ਮਹੱਲਾ ਚੌਥਾ, ਹਉ ਗੁਰ ਬਿਨ ਖਰੀ ਨਿਮਾਣੀ ਰਾਮ। ਰਾਮ ਤੋਂ ਭਾਵ ਹੈ ਭਾਈ ਮੈਂ ਗੁਰੂ ਤੋਂ ਬਗੈਰ ਖਰੀ ਅਤਿਅੰਤ ਹੀ ਨਿਮਾਣੀ ਵਿਚਾਰੀ ਮਾਣ ਸਤਿਕਾਰ ਤੋਂ ਹੀਣੀ ਹੋ ਰਹੀ ਹਾਂ। ਜਗ ਜੀਵਨ ਦਾਤਾ ਗੁਰ ਮੇਲ ਸਮਾਣੀ ਰਾਮ। ਰਾਮ ਤੋਂ ਭਾਵ ਹੈ ਭਾਈ ਜੋ ਜਗਤ ਦਾ ਜੀਵਨ ਰੂਪ, ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਪਰਮੇਸ਼ਰ ਹੈ, ਉਸਨੇ ਮੈਨੂੰ ਗੁਰਾਂ ਨਾਲ ਮੇਲ ਦਿੱਤਾ।
ਅਤੇ ਗੁਰਾਂ ਨਾਲ ਮਿਲ ਕੇ ਮੇਰੀ ਬਿਰਤੀ ਉਸ ਚੇਤਨ ਸਰੂਪ ਵਿੱਚ ਸਮਾਈ ਲੀਨ ਹੋਈ ਹੈ। ਇਹ ਸਤਿਗੁਰੂ ਜੀ ਜੋ ਜਗਤ ਦਾ ਜੀਵਨ ਰੂਪ ਪਰਮੇਸ਼ਰ ਹੈ, ਲੋਕ ਭਾਵ ਜੀਵਾਂ ਨੂੰ ਜੀਵਨ ਭਾਵ ਉਸ ਪ੍ਰਭੂ ਦੀ ਚੇਤਨ ਸੱਤਾ ਦਾ ਗਿਆਨ ਬਖਸ਼ ਕਰਕੇ ਉਸ ਦੇ ਸਰੂਪ ਵਿੱਚ ਮੇਲਣਾ ਕਰੋ। ਸਤਿਗੁਰ ਮੇਲ ਹਰ ਨਾਮ ਸਮਾਣੀ, ਜਪ ਹਰ ਹਰ ਨਾਮ ਧਿਆਇਆ। ਸਤਿਗੁਰਾਂ ਨਾਲ ਮਿਲ ਕੇ ਸਾਡੀ ਬਿਰਤੀ ਹਰੀ ਦੇ ਨਾਮ ਵਿੱਚ ਸਮਾਣੀ ਲੀਨ ਹੋਈ ਹੈ ਅਤੇ ਬਾਣੀ ਕਰਕੇ ਹਰੀ ਨਾਮ ਨੂੰ ਜਪਿਆ ਹੈ ਅਤੇ ਮਨ ਕਰਕੇ ਹਰੀ ਨਾਮ ਨੂੰ ਧਿਆਉਣਾ ਕੀਤਾ ਹੈ। ਜਿਸ ਕਾਰਨ ਹਉ ਢੂੰਡ ਟੂੜੇ ਦੀ, ਸੋ ਸੱਜਣ ਹਰ ਘਰ ਪਾਇਆ। ਜਿਸ ਪਰਮੇਸ਼ਰ ਦੀ ਪ੍ਰਾਪਤੀ ਦੇ ਕਾਰਨ ਵਾਸਤੇ ਮੈਂ ਢੂੰਡ ਕਹੀਏ ਖੋਜੀ ਹੋ ਕੇ ਟੂੜੇ ਦੀ ਖੋਜਦੀ ਸਾਂ, ਉਹ ਸੱਜਣ ਮਿੱਤਰ ਹਰੀ ਮੈਂ ਗੁਰਾਂ ਦੁਆਰਾ ਆਪਣੇ ਘਰ ਹਿਰਦੇ ਵਿੱਚੋਂ ਪਾ ਲਿਆ ਹੈ। ਏਕ ਦ੍ਰਿਸ਼ਟ ਹਰ ਏਕੋ ਜਾਤਾ, ਹਰ ਆਤਮ ਰਾਮ ਪਛਾਣੀ। ਜਿਸ ਪਰਮੇਸ਼ਰ ਦੀ ਸਭਨਾ ਵਿੱਚ ਇੱਕ ਸਾਰ ਦ੍ਰਿਸ਼ਟੀ ਹੈ, ਇੱਕ ਗਿਆਨ ਵਾਲੀ ਦ੍ਰਿਸ਼ਟੀ ਕਰਕੇ ਸਭ ਥਾਈਂ ਅਦੁੱਤੀ ਪ੍ਰਭੂ ਨੂੰ ਹੀ ਜਾਣਿਆ ਹੈ ਅਤੇ ਉਸ ਰਾਮ ਰਮੇ ਹੋਏ ਹਰੀ ਨੂੰ ਆਪਣਾ ਆਪ ਰੂਪ ਪਛਾਣਿਆ ਹੈ। ਹਉ ਗੁਰਬਿਨ ਖਰੀ ਨਿਮਾਣੀ। ਮੈਂ ਗੁਰਾਂ ਅੱਗੇ ਬੇਨਤੀ ਕਰਦੀ ਹਾਂ ਕਿ ਹੇ ਸਤਿਗੁਰੂ ਜੀ, ਤੁਹਾਡੇ ਤੋਂ ਬਿਨਾਂ ਮੇਰੀ ਜਿੰਦ ਖਰੀ ਅਤਿਅੰਤ ਹੀ ਨਿਮਾਣੀ ਮਾਣ ਤੋਂ ਰਹਿਤ ਹੋ ਰਹੀ ਹੈ। ਜਿਨ ਸਤਿਗੁਰ ਪਾਇਆ, ਤਿਨ ਹਰ ਪ੍ਰਭ ਮੇਲ ਮਿਲਾਏ ਰਾਮ। ਰਾਮ ਤੋਂ ਭਾਵ ਹੇ ਭਾਈ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਪਾਇਆ ਪਾਉਣਾ ਕੀਤਾ ਹੈ, ਜਿਨ੍ਹਾਂ ਨੇ ਸਤਨਾਸ਼ ਤੋਂ ਰਹਿਤ ਗੁਰ ਚੇਤਨ ਸਰੂਪ ਸਤਿਗੁਰ ਸੱਚੇ ਗੁਰਾਂ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੇ ਆਪ ਦੇ ਮੇਲ ਵਿੱਚ ਮਿਲਾ ਲਿਆ ਹੈ। ਤਿੰਨ ਚਰਨ ਸਰੇ ਵਹਿ ਹਮ ਲਾਗੈ, ਤਿਨ ਕਹਿ ਪਾਏ ਰਾਮ। ਰਾਮ ਤੋਂ ਭਾਵ ਹੇ ਭਾਈ, ਮੈਂ ਉਹਨਾਂ ਦੇ ਚਰਨ ਸੇਵਦਾ ਹਾਂ, ਮੈਂ ਉਹਨਾਂ ਦੇ ਪਾਏ ਚਰਨੀ ਲੱਗਦਾ ਹਾਂ। ਹਰ ਹਰ ਚਰਨ ਸਰੇ ਵਹਿ ਤਿਨਕੇ, ਜਿਨ ਸਤਿਗੁਰ ਪੁਰਖ ਪ੍ਰਭ ਧਿਆਇਆ। ਹੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ, ਉਹਨਾਂ ਗੁਰਮੁੱਖਾਂ ਦੇ ਚਰਨ ਸੇਵਦਾ ਹਾਂ ਜਿਨ੍ਹਾਂ ਨੇ ਪ੍ਰਭ ਪਰਮੇਸ਼ਰ ਸਰੂਪ ਪੁਰਖ ਪੂਰਨ ਸਤਿਗੁਰਾਂ ਨੂੰ ਧਿਆਉਣਾ ਕੀਤਾ ਹੈ। ਤੂੰ ਵੱਡ ਦਾਤਾ ਅੰਤਰ ਜਾਮੀ, ਮੇਰੀ ਸਰਦਾ ਪੂਰ ਹਰ ਰਾਇਆ। ਹੇ ਰਾਇਆ ਰਾਜਾ ਸਰੂਪ ਪਰਮੇਸ਼ਰ, ਤੂੰ ਵੱਡਾ ਦਾਨੀ ਹੈ, ਭਾਵ ਬ੍ਰਹਮ ਗਿਆਨ ਦੀ ਦਾਤ ਦੇਣ ਵਾਲਾ ਹੈ ਅਤੇ ਸਭਨਾ ਦੇ ਅੰਦਰ ਦੀ ਜਾਣਨ ਵਾਲਾ ਹੈ। ਤੂੰ ਮੇਰੀ ਸਰਦਾ ਇੱਛਾ ਪੂਰੀ ਕਰ ਕਿ ਮੈਂ ਉਹਨਾਂ ਦੇ ਚਰਨ ਸੇਵਦਾ ਰਹਾਂ। ਗੁਰਸਿੱਖ ਮੇਲ ਮੇਰੀ ਸਰਦਾ ਪੂਰੀ, ਅਨਦਿਨ ਰਾਮ ਗੁਣ ਗਾਏ। ਇਉਂ ਬੇਨਤੀ ਸੁਣ ਕੇ ਹਰੀ ਨੇ ਗੁਰਾਂ ਦੀ ਸਿੱਖ ਸਿੱਖਿਆ ਨਾਲ ਗੁਰਸਿੱਖਾਂ ਦੇ ਨਾਲ ਮਿਲ ਕਰਕੇ ਮੇਰੀ ਸਰਦਾ ਲੋਚਾ ਇੱਛਾ ਪੂਰੀ ਕਰ ਦਿੱਤੀ ਅਤੇ ਮੈਂ ਅਨਦਿਨ ਰਾਤ ਦਿਨ ਹੀ ਪਰਮੇਸ਼ਰ ਦੇ ਗੁਣਾਂ ਤਾਈਂ ਗਾਇਨ ਕੀਤਾ ਹੈ। ਜਿਨ ਸਤਿਗੁਰ ਪਾਇਆ, ਤਿਨ ਹਰ ਪ੍ਰਭ ਮੇਲ ਮਿਲਾਏ। ਰਾਮ ਤੋਂ ਭਾਵ ਹੇ ਭਾਈ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਪਾਉਣਾ ਕੀਤਾ ਹੈ ਜਿਨ੍ਹਾਂ ਨੇ ਸਤਿਗੁਰ ਸਤਿ ਤ੍ਰੈਕਾਲ ਆਬਾਦ ਰੂਪ ਸਤਿਗੁਰਾਂ ਨੂੰ ਪਾਉਣਾ ਕੀਤਾ ਹੈ,
ਉਹਨਾਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਆਪ ਦੇ ਵਿੱਚ ਮੇਲ ਲਿਆ ਹੈ। ਕਿਉਂਕਿ ਜੇ ਉਹ ਜਲ ਮਹਿ ਜਲ ਆਏ ਖਟਾਨਾ, ਅਤੇ ਉਹ ਜੋਤੀ ਸੰਗ ਜੋਤ ਸਮਾਨਾ। ਹਉਂ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ। ਰਾਮ ਤੋਂ ਭਾਵ ਕਹੀਏ ਹੇ ਭਾਈ, ਮੈਂ ਉਹਨਾਂ ਤੋਂ ਵਾਰੀ ਵਾਰਨੇ ਜਾਂਦਾ ਹਾਂ, ਮੈਂ ਉਹਨਾਂ ਤੋਂ ਵਾਰੀ ਵਾਰਨੇ ਜਾਂਦਾ ਜੋ ਮੇਰੇ ਮਨ ਦੇ ਮੀਤ ਮਿੱਤਰ ਅਤੇ ਬਾਣੀ ਦੇ ਪਿਆਰੇ ਗੁਰੂ ਸਾਹਿਬ ਜੀ ਦੇ ਸਿੱਖ ਹਨ, ਜਿਨ੍ਹਾਂ ਨੇ ਹੌਂ ਹੌਮੇ ਵਾਰੀ ਰੋਕੀ ਹੈ ਅਤੇ ਜਿਨ੍ਹਾਂ ਨੇ ਇਸ ਹੌਂ ਹੌਮੇ ਨੂੰ ਬ੍ਰਹਮ ਅਭਿਆਸ ਰੂਪ ਅਗਨੀ ਨਾਲ ਵਾਰੀ ਬਾਲ ਦਿੱਤਾ, ਸਾੜ ਦਿੱਤਾ ਹੈ। ਮੈਂ ਉਹਨਾਂ ਗੁਰਸਿੱਖ ਪਿਆਰੇ ਮਿੱਤਰਾਂ ਤੋਂ ਬਲਹਾਰ ਕੁਰਬਾਨ ਜਾਂਦਾ ਹਾਂ, ਕਿਉਂਕਿ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਆਧਾਰੇ ਰਾਮ। ਰਾਮ ਤੋਂ ਭਾਵ ਹੇ ਭਾਈ, ਉਹ ਗੁਰਸਿੱਖ ਮੈਨੂੰ ਹਰੇਕ ਨਾਮਾਂ ਵਿੱਚੋਂ ਹਰੀ ਦਾ ਨਾਮ ਸੁਣਾਉਂਦੇ ਹਨ ਅਤੇ ਪ੍ਰੀਤਮ ਪਿਆਰੇ ਪ੍ਰਭੂ ਦਾ ਨਾਮ ਹੀ ਮੇਰਾ ਆਧਾਰੇ ਆਸਰਾ ਹੈ। ਹਰ ਹਰ ਨਾਮ ਮੇਰਾ ਪ੍ਰਾਣ ਸਖਾਏ, ਤਿਸ ਬਿਨ ਘੜੀ ਨਿਮਖ ਨਹੀਂ ਜੀਵਾ। ਹਰੇ ਭਰੇ ਕਰਨ ਵਾਲੇ ਹਰੀ ਦਾ ਨਾਮ ਮੇਰੇ ਪ੍ਰਾਣਾ ਸਵਾਸਾਂ ਦਾ ਸਖਾਈ ਪਿਆਰਾ ਹੈ। ਉਸ ਨਾਮ ਤੋਂ ਬਗੈਰ ਇੱਕ ਘੜੀ ਕੀ, ਮੈਂ ਤਾਂ ਇੱਕ ਨਿਮਖ ਅੱਖ ਦੇ ਖੋਲ੍ਹਣ ਮੀਚਣ ਦੇ ਸਮੇਂ ਜਿੰਨਾ ਵੀ ਜਿਉਂਦਾ ਨਹੀਂ ਰਹਿ ਸਕਦਾ। ਹਰ ਹਰ ਕਿਰਪਾ ਕਰੇ ਸੁਖਦਾਤਾ, ਗੁਰਮੁਖ ਅੰਮ੍ਰਿਤ ਪੀਵਾ। ਜੇ ਸਰਬ ਸੁੱਖਾਂ ਦੇ ਦੇਣ ਵਾਲਾ ਅਤੇ ਹਰੇ ਭਰੇ ਕਰਨ ਵਾਲਾ ਪਰਮੇਸ਼ੁਰ ਆਪਣੀ ਕਿਰਪਾ ਮਿਹਰ ਕਰੇ, ਤਾਂ ਹੀ ਮੁਖੀ ਗੁਰਾਂ ਦੁਆਰਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਪੀਣਾ ਭਾਵ ਪੀਣਾ ਕਰ ਸਕਦਾ ਹਾਂ। ਹਰ ਆਪੇ ਸਰਦਾ ਲਾਏ ਮਿਲਾਏ, ਹਰ ਆਪੇ ਆਪ ਸਵਾਰੇ। ਹਰੀ ਪਰਮੇਸ਼ਰ ਆਪ ਹੀ ਜੀਵਾਂ ਅੰਦਰ ਭਰੋਸਾ ਪਿਆਰ ਲਾ ਕੇ ਆਪ ਦੇ ਨਾਲ ਮਿਲਾਉਂਦਾ। ਹਰੀ ਆਪਣੇ ਆਪ ਹੀ ਗੁਰਮੁਖ ਜਨਾਂ ਦੇ ਜੀਵਨ ਨੂੰ ਤੁਰਗਿਆ ਪਦ ਵਿੱਚ ਸੰਵਾਰਦਾ ਹੈ। ਹਉਂ ਵਾਰੀ ਗੁਰਸਿੱਖ ਮੀਤ ਪਿਆਰੇ। ਹਉਂ ਮੈਂ ਉਹਨਾਂ ਤੋਂ ਵਾਰੀ ਵਾਰਨੇ ਜਾਂਦਾ ਹਾਂ, ਹਉਂ ਮੈਂ ਉਹਨਾਂ ਤੋਂ ਵਾਰੀ ਵਾਰਨੇ ਜਾਂਦਾ ਹਾਂ ਜੋ ਮੇਰੇ ਮਨ ਦੇ ਮੀਤ ਮਿੱਤਰ ਅਤੇ ਬਾਣੀ ਦੇ ਪਿਆਰੇ ਗੁਰੂ ਸਾਹਿਬ ਜੀ ਦੇ ਸਿੱਖ ਹਨ। ਹਰ ਆਪੇ ਪੁਰਖ ਨਿਰੰਜਨ ਸੋਈ ਰਾਮ। ਰਾਮ ਤੋਂ ਭਾਵ ਕਹੀਏ ਹੇ ਭਾਈ, ਹਰੀ ਆਪ ਹੀ ਸੋਈ ਉਹ ਨਿਰੰਜਨ ਮਾਇਆ ਕਾਲਕ ਤੋਂ ਰਹਿਤ ਪੁਰਖ ਪੂਰਨ ਵਿਆਪਕ ਹੈ। ਹਰੀ ਆਪ ਹੀ ਤਤ ਪਦ ਲੱਖ ਅਰਥ ਰੂਪ ਹੈ। ਹਰੀ ਆਪ ਹੀ ਤੁੰਗ ਪਦ ਦਾ ਲੱਖ ਅਰਥ ਰੂਪ ਹੈ। ਉਹ ਆਪ ਹੀ ਮਾਇਆ ਕਾਲਕ ਤੋਂ ਰਹਿਤ ਸ਼ੁੱਧ ਸਰੂਪ ਹੋ ਕੇ ਸਭ ਥਾਈਂ ਪੂਰਨ ਹੋ ਰਿਹਾ। ਹਰ ਆਪੇ ਮੇਲੈ ਕਰੈ ਸੋ ਹੋਈ ਰਾਮ। ਹਰੀ ਆਪ ਹੀ ਹੇ ਭਾਈ, ਹਰੀ ਆਪ ਹੀ ਗੁਰੂ ਸਰੂਪ ਵਿੱਚ ਪ੍ਰਗਟ ਹੁੰਦਾ। ਹਰੀ ਆਪ ਹੀ ਸਤਿਗੁਰਾਂ ਨਾਲ ਮਿਲਦਾ। ਹਰੀ ਜੋ ਕੁਝ ਵੀ ਕਰਦਾ ਉਹੀ ਤਿੰਨਾਂ ਕਾਲਾਂ ਵਿੱਚ ਹੁੰਦਾ। ਜੋ ਹਰ ਪ੍ਰਭ ਭਾਵੈ ਸੋਈ ਹੋਵੈ, ਅਵਰ ਨ ਕਰਣਾ ਜਾਈ। ਜੋ ਵੀ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ। ਹੋਰ ਕਿਸੇ ਕੋਲੋਂ ਕੁਝ ਵੀ ਕਰਤਬ ਕਰਿਆ ਨਹੀਂ ਜਾ ਸਕਦਾ। ਬਹੁਤ ਸਿਆਣ ਪਲਿਆ ਨ ਜਾਈ, ਕਰ ਥਾਕੇ ਸਭ ਚਤੁਰਾਈ। ਬੁੱਧੀ ਦੀਆਂ ਬਹੁਤ ਬੇਅੰਤ ਸਿਆਣਪ ਚਤੁਰਾਈਆਂ ਕਰਕੇ ਹਰੀ ਲਿਆ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਾਰੇ ਪੰਡਿਤ ਵਿਦਵਾਨ ਜੋਗੀ ਆਦਿ ਚਤੁਰਤਾ ਚਲਾਕੀਆਂ ਕਰਕੇ ਥੱਕ ਗਏ ਹਨ। ਗੁਰਪ੍ਰਸਾਦ ਜਨ ਨਾਨਕ ਦੇਖਿਆ, ਮੈਂ ਹਰ ਬਿਨ ਅਵਰ ਨ ਕੋਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ
ਕਿ ਮੈਂ ਜਨ ਦਾਸ ਨੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਨੂੰ ਵੇਖਣਾ ਕੀਤਾ ਭਾਵ ਦਰਸ਼ਨ ਕੀਤਾ ਹੈ। ਮੈਨੂੰ ਤਾਂ ਉਸ ਹਰੀ ਤੋਂ ਬਗੈਰ ਹੋਰ ਕੋਈ ਵੀ ਆਸਰਾ ਨਹੀਂ ਦਿਸਦਾ, ਅਵਰ ਸਥਾਨ ਵਿੱਚ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ। ਹਰੇ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ, ਹਰ ਹਰੀ ਆਪ ਹੀ ਤੁੰਗ ਪਦ ਦਾ ਲੱਖ ਅਰਥ ਰੂਪ ਹੈ, ਹਰੀ ਆਪ ਹੀ ਤੱਤ ਪਦ ਦਾ ਲੱਖ ਅਰਥ ਰੂਪ ਹੈ। ਫਿਰ ਉਹ ਆਪ ਹੀ ਮਾਇਆ ਸਬਲ ਹੋਣ ਕਰਕੇ ਪੁਰਖ ਪੂਰਨ ਹੈ ਅਤੇ ਆਪ ਹੀ ਨਿਰੰਜਨ ਸ਼ੁੱਧ ਨਿਰਗੁਣ ਸਰੂਪ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।